ਵਾਅਦਾ ਨਹੀਂ ਪੂਰਾ ਸਰਕਾਰਾਂ ਨੇ ਕੀਤਾ, ਸਰਕਾਰਾਂ ਆਣ ਕੇ ਨਹੀਂ ਬਣੀਆਂ। ਕਹਿੰਦੇ ਗੇਟ ਬਣਾਵਾਂਗੇ ਉਹਦੀ ਯਾਦ ਚ, ਬੁੱਤ ਬਣਾਵਾਂਗੇ ਉਹਦਾ। ਬਸ ਕਰਦੇ ਆ, ਬਸ ਅਸੀਂ ਬੁਲਾ ਦੇਣਾ, ਉਦੋਂ ਕੀਤਾ ਪਿਛਲੀ ਬਰਸੀ ਤੇ ਗੱਲ ਕੀਤੀ, ਕਰਦੇ ਆ ਬਰਸੀ ਫਿਰ ਆ ਗਈ। ਚੌਦਾਂ ਫਰਵਰੀ 2019 ਜਦ ਪੁਲਵਾਮਾ ਦੇ ਵਿੱਚ ਸੈਨਾ ਦੇ ਕਾਫਲੇ ਦੇ ਉੱਤੇ ਆਤੰਕੀ ਹਮਲਾ ਹੋਇਆ ਜਿਸ ਦੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਗਲੋਟੀ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ ਸੀ। ਜੈਮਲ ਸਿੰਘ ਦਾ ਜਨਮ 26 ਅਪ੍ਰੈਲ 1974 ਨੂੰ ਹੋਇਆ ਸੀ ਤੇ 45 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਉਹ ਸ਼ਹੀਦ ਹੋ ਗਿਆ। 23 ਅਪ੍ਰੈਲ 1993 ਨੂੰ ਉਹ ਸੈਨਾ ਦੇ ਵਿੱਚ ਭਰਤੀ ਹੋਇਆ ਸੀ ਤੇ ਉਹ ਇੱਕ ਡਰਾਈਵਰ ਸੀ। ਸ਼ਹਾਦਤ ਦੇ ਸਮੇਂ ਜੈਮਲ ਸਿੰਘ ਜੰਮੂ ਦੇ ਵਿੱਚ ਤੈਨਾਤ ਸੀ ਤੇ 2019 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਸੀ ਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸ਼ਹੀਦ ਦੇ ਨਾਮ ਤੇ ਪਿੰਡ ਦੇ ਵਿੱਚ ਗੇਟ, ਉਸਦੇ ਨਾਮ ਤੇ ਸੜਕ ਅਤੇ ਪਿੰਡ ਦੇ ਵਿੱਚ ਸ਼ਹੀਦ ਦੇ ਨਾਮ ਤੇ ਸਟੈਚੂ ਵੀ ਲਗਾਇਆ ਜਾਵੇਗਾ ਤੇ ਸਕੂਲ ਦਾ ਨਾਮ ਵੀ ਸ਼ਹੀਦ ਦੇ ਨਾਮ ਤੇ ਹੀ ਰੱਖਿਆ ਜਾਵੇਗਾ। ਸਰਕਾਰ ਨੇ ਸਿਰਫ ਸਕੂਲ ਦਾ ਨਾਮ ਹੀ ਸ਼ਹੀਦ ਦੇ ਨਾਮ ਤੇ ਰੱਖਿਆ ਪਰ ਬਾਕੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸ਼ਹੀਦ ਜੈਮਲ ਸਿੰਘ ਦੇ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਦੇਸ਼ ਦੇ ਲਈ ਸ਼ਹੀਦ ਹੋਇਆ ਅਤੇ ਉਹਨਾਂ ਨੂੰ ਹੁਣ ਕੋਈ ਵੀ ਨਹੀਂ ਪੁੱਛਦਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਉਹਨਾਂ ਵੱਲੋਂ ਸਿਰਫ ਸਕੂਲ ਦਾ ਨਾਮ ਜੈਮਲ ਸਿੰਘ ਸਰਕਾਰੀ ਸਕੂਲ ਰੱਖ ਦਿੱਤਾ ਅਤੇ ਨਾ ਤਾਂ ਕੋਈ ਗੇਟ ਬਣਾਇਆ ਅਤੇ ਨਾ ਹੀ ਉਹਨਾਂ ਦੇ ਪੁੱਤ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਸਟੈਚੂ ਲਗਾਇਆ ਗਿਆ। ਹਰ ਸਾਲ ਬਰਸੀ 'ਤੇ ਆ ਕੇ ਵਾਅਦੇ ਕੀਤੇ ਜਾਂਦੇ ਨੇ ਅਤੇ ਫਿਰ ਭੁੱਲ ਜਾਂਦੇ ਨੇ, ਫਿਰ 14 ਫਰਵਰੀ ਬਰਸੀ ਆਏਗੀ ਅਤੇ ਫਿਰ ਵਾਅਦੇ ਕਰਕੇ ਇਹ ਚਲੇ ਜਾਂਦੇ ਨੇ। ਪਿੰਡ ਗਲੋਟੀ ਦੇ ਲੋਕਾਂ ਨੇ ਕਿਹਾ ਕਿ ਸ਼ਹੀਦ ਜੈਮਲ ਸਿੰਘ ਸਾਡੇ ਪਿੰਡ ਦਾ ਸੀ ਅਤੇ ਦੇਸ਼ ਦੇ ਲਈ ਉਸਨੇ ਬਲੀਦਾਨ ਦਿੱਤਾ ਪਰ ਸਰਕਾਰ ਨੇ ਇਸ ਵੀਰ ਜਵਾਨ ਦੀ ਯਾਦ ਦੇ ਵਿੱਚ ਕੁਝ ਨਹੀਂ ਬਣਾਇਆ, ਸਿਰਫ ਇੱਕ ਸਕੂਲ ਦਾ ਨਾਮ ਉਸ ਸ਼ਹੀਦ ਦੇ ਨਾਮ 'ਤੇ ਰੱਖ ਦਿੱਤਾ। ਪਰ ਇਸ ਤਰੀਕੇ ਨਾਲ ਇਹਨਾਂ ਸ਼ਹੀਦਾਂ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ, ਸ਼ਹੀਦਾਂ ਦੇ ਨਾਮ 'ਤੇ ਕੁਝ ਯਾਦਗਾਰੀਆਂ ਬਣਨੀਆਂ ਚਾਹੀਦੀਆਂ ਨੇ ਅਤੇ ਅੱਜ ਇਸ ਘਟਨਾ ਨੂੰ 5 ਸਾਲ ਹੋ ਗਏ ਨੇ ਪਰ ਹਾਲੇ ਤੱਕ ਕੋਈ ਵੀ ਸਰਕਾਰ ਵੱਲੋਂ ਕਦਮ ਨਹੀਂ ਚੁੱਕਿਆ ਗਿਆ। ਕੋਈ ਪੂਰਾ ਨਹੀਂ ਵਾਅਦਾ ਕੀਤਾ ਹੈਗਾ, ਸਕੂਲ ਬਣਿਆ ਸਿਰਫ ਉਹਦੇ ਨਾਂ ਦੇ ਕਰਤਾ, ਹੋਰ ਕੁਛ ਨਹੀਂ ਕੀਤਾ। ਗੇਟ ਲਾਵਾਂਗੇ, ਸੜਕ ਬਣਾਵਾਂਗੇ, ਅਸੀਂ ਉਹਦਾ ਬੁੱਤ ਲਾਵਾਂਗੇ, ਕੁਛ ਨਹੀਂ, ਸਾਨੂੰ ਕਦੀ ਪੁੱਛਿਆ ਹੀ ਨਹੀਂ। ਆਹ ਬਸ ਮਾੜਾ ਜਿਹਾ ਬਰਸੀ ਦੇ ਕੋਈ ਆ ਜਾਂਦੇ ਬੁਲਾਰੇ ਬੁਲਾਰੇ, ਕੋਈ ਆਣ ਕੇ ਸਾਨੂੰ ਬਾਤ ਹੀ ਨਹੀਂ ਪੁੱਛਦਾ ਵੀ ਉਹਦਾ ਮਾਂ ਪਿਓ ਜੈਮਲ ਸਿੰਘ ਦਾ ਹੈਗਾ ਕਿ ਮਰ ਗਿਆ ਵਾ, ਕਿਸੇ ਨੇ ਪੁੱਛਿਆ ਹੀ ਨਹੀਂ ਕਦੇ। ਕੋਈ ਵਾਅਦਾ ਨਹੀਂ ਪੂਰਾ ਸਰਕਾਰਾਂ ਨੇ ਕੀਤਾ, ਸਰਕਾਰਾਂ ਆਣ ਕੇ ਨਹੀਂ ਬਣੀਆਂ। ਕਹਿੰਦੇ ਗੇਟ ਬਣਾਵਾਂਗੇ ਉਹਦੀ ਯਾਦ ਚ, ਬੁੱਤ ਬਣਾਵਾਂਗੇ ਉਹਦਾ। ਬਸ ਕਰਦੇ ਆ, ਬਸ ਅਸੀਂ ਬੁਲਾ ਦੇਣਾ, ਉਦੋਂ ਕੀਤਾ ਪਿਛਲੀ ਬਰਸੀ ਤੇ ਗੱਲ ਕੀਤੀ, ਕਰਦੇ ਆ ਬਰਸੀ ਫਿਰ ਆ ਗਈ। ਫਰਵਰੀ ਦੀ ਇਹਨਾਂ ਨੇ ਅੱਜ ਕੀਤੀ ਹੈ ਵੀ ਉਹ ਬਰਸੀ 'ਤੇ ਕਿਹਾ ਵਾ ਵੀ ਬਰਸੀ 'ਤੇ ਆਉਣ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ। ਵਧੀਕਾਂ ਨੂੰ ਪਤਾ ਹੀ, ਇਸ ਕਰਕੇ ਇੱਥੇ ਰੋਜ਼ ਆਉਂਦਾ ਹੀ, ਇੱਥੇ ਗਲੀ 'ਚੋਂ ਹੋ ਕੇ ਮੁੜ ਗਿਆ, ਕਦੇ ਆਇਆ ਅਗਲਾ ਵੀ ਮੈਂ ਜੈਮਲ ਸਿੰਘ ਧੀ ਦੇ ਘਰ ਹੋ ਆਵਾਂ। ਕੋਈ ਨਹੀਂ ਪੁੱਛਦਾ ਪੁੱਤ ਕਿਸੇ ਨੂੰ, ਜਿਹਦਾ ਮੁੱਕ ਜਾਂਦਾ ਉਹਨੂੰ ਹੀ ਪਤਾ ਵੀ ਉਹਦਾ ਮੁੱਕ ਗਿਆ। ਜਿੰਨਾ ਚਿਰ ਅਸੀਂ ਜਿਉਣੇ ਮਰ ਜੇ ਤੱਕ ਪੁੱਤ
ਮੁੱਕਦੇ ਤੱਕ ਪੁੱਤ ਯਾਦ ਰੂ, ਮੁੱਕ ਗਏ ਤੇ ਫਿਰ ਕੀ ਪਤਾ। ਦੇਸ਼ ਵਾਸਤੇ ਹੋਇਆ, ਚੱਲ ਜੋ ਸੀ ਰੁਪਿਆ ਦਾ ਹੈ ਸੀ ਉਹਨਾਂ ਨੇ ਮਾੜਾ ਮੋਟ ਜੋ ਵੀ ਉਹ ਕੀਤਾ ਉਹਨਾਂ ਨੇ, ਸਰਕਾਰਾਂ ਨੇ ਕੁਝ ਵੀ ਪੁੱਛਿਆ ਆਣ ਕੇ ਸਾਨੂੰ। ਨਾ ਕੋਈ ਨੀ ਬਣਾਈ ਯਾਦਗਿਰੀ, ਉਹੀ ਵੀ ਸਕੂਲ ਪੁਰਾਣਾ ਸੀ ਉਹੀ ਨਾ ਕੀਤਾ, ਜਾਂ ਤਾਂ ਉਹ ਜਿਵੇਂ ਬਾਰਵੀਂ ਤੱਕ ਸੀ ਤੇ ਵੱਡਾ ਕਰ ਦਿੰਦੇ ਸਕੂਲ, ਫੇਰ ਹੀ ਸੀ ਨਾ ਸਕੂਲ, ਤਾਂ ਉੱਥੇ ਤਾਂ ਉੱਥੇ ਹੀ ਆ। ਕੁਛ ਨੀ ਬਣਿਆ ਉਹਦਾ, ਉਹੀ ਤਾਂ ਨਾ ਕਹਿੰਦਾ ਸਕੂਲ ਤਾਂ ਬਣਿਆ, ਸਕੂਲ ਨਾ ਕਰਤਾ ਉਹਦੇ ਨਾਂ ਚੜਾਤਾ, ਤੇ ਜਾਂ ਤਾਂ ਉਹਦਾ ਕੋਈ ਸਕੂਲ ਵਧਾਉਂਦੇ ਉਦੋਂ ਵੀ ਬਾਰਵੀਂ ਦਾ ਸੀ ਉਦੋਂ ਵੱਧ ਕਰ ਦਿੰਦੇ, ਫਿਰ ਤਾਂ ਹੁੰਦਾ ਨਾ ਵੀ ਉਹਦੇ ਨਾਂ ਤੇ ਕੁਛ ਕੀਤਾ, ਸਿਰਫ ਇੱਕ ਨਾਂ ਲਾਤਾ ਉੱਥੇ ਲਿਖ ਕੇ ਵੀ ਜੈਵਰ ਸਿੰਘ ਜੀ। ਬਸ ਉਹ ਝੱਟ ਕੇ ਆਉਣਗੇ, ਮਿੰਟ ਕਬਾਰੇ ਕਰਕੇ ਆਉਣਗੇ ਤੇ ਚਲੇ ਜਾਣਗੇ, ਅੱਗੇ ਵੀ ਆਈ ਬਰਸੀ ਤੇ ਇਹੋ ਕੁਛ ਹੁੰਦਾ। ਪਤਾ ਹੀ ਮਾਵਾਂ ਮਾਪਿਆਂ ਵਾਸਤੇ ਕੀ, ਹੁਣ ਪਾਠ ਰੱਖਿਆ ਜਿੱਦਣ ਤੇ ਅਰਦਾਸ ਲੱਗੇ ਕਰਨ, ਜਦੋਂ ਦੂਰਾ ਪਛਾਣੀਆਂ ਜੋ ਲੜੇ ਦੇਣਗੇ ਤੇ ਅੱਗੋਂ ਭੁੱਬਾਂ ਹੀ ਨਿਕਲ ਗਈਆਂ, ਆਵਾਜ਼ ਹੀ ਨਹੀਂ ਨਿਕਲੀ ਪਿਓ ਦੀ, ਗੱਲ ਹੀ ਨਹੀਂ ਆਈ ਅੱਗੋਂ। ਮਾਣ ਵਾਲਾ ਕਰਕੇ ਫਿਰ ਅਰਦਾਸ ਪੂਰੀ ਕੀਤੀ, ਗੇਟ ਹੀ ਰਹਿ ਗਿਆ ਬਣਨਾ, ਸੜਕ ਸੜਕ ਵੀ ਬਣਾ ਕੇ, ਸੜਕ ਵੀ ਬਣਾ ਹੋ ਗਿਆ ਗੁਰਪੀ ਵਾਲੇ ਉਹਦੇ ਨਾਲ, ਗੇਟ ਵੀ ਯਾਦਗਾਰ ਬਣੀਆਂ ਨੇ। ਬਰਸੀ ਜਾਣਗੇ ਵੇਖੋ ਕੀ ਜਵਾਬ ਦਿੰਦੇ, ਕਈ ਤਾਂ ਜਾਂਦੇ ਮਨਜ਼ੂਰ ਹੋਇਆ ਜਿਹਨੇ ਬਣੇ ਨਾਲ ਕੀ ਪਤਾ ਸਾਰੇ ਕਰੀ ਜਾਂਦੇ ਸੀ, ਪੁੱਤ ਲਾ ਦਿਆਂਗੇ ਸਕੂਲ ਬਣਾ ਦਿਆਂਗੇ, ਸਕੂਲ ਹੀ ਬਣਿਆ ਗੱਲ ਜੀ, ਹੋਰ ਕੁਛ ਨੀ ਬਣਿਆ, ਸਕੂਲ ਬਣਿਆ ਇੱਕ ਉਹਦੇ ਨਾਮ ਤੇ, ਹੋਰ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਇਹਦੇ ਬਾਰੇ, ਜਿੰਨਾ ਕੁ ਮੈਨੂੰ ਪਤਾ ਯਾਨੀ ਕਿ ਸਕੂਲ ਇੱਕ ਹੈਗਾ ਉਹਦੇ ਨਾਂ ਤੇ, ਹੋਰ ਨਹੀਂ ਕੋਈ ਜ਼ਿਆਦਾ। ਇਹਦੇ ਸੜਕ ਵੀ ਬਣਨੀ ਸੀ, ਇੱਕ ਪੁੱਤ ਵੀ ਲੱਗਣਾ ਸੀ, ਲੇਕਿਨ ਯਾਰ ਬੰਨਾ ਹੋਊਗਾ ਕਿਉਂ, ਸਾਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਇਹਦੇ ਬਾਰੇ। ਉਹਨਾਂ ਦੇ ਨਾਲ ਸਕੂਲ ਦਾ ਨਾਂ ਹੀ ਬਦਲਿਆ ਜੀ, ਅਜੇ ਹੋਇਆ ਤਾਂ ਕੁਛ ਫਰੀਕ, ਕਿਸੇ ਸਰਕਾਰਾਂ ਜਿਹੜੀਆਂ ਹੋ ਗਈਆਂ ਕਾਂਗਰਸ ਦੀਆਂ, ਉਹਨਾਂ ਗੇਟ ਗੂਟ ਮੰਨੇ ਸੀਗੇ ਤੇ ਬੁੱਤ ਵੀ ਮੰਨਿਆ, ਪਰ ਹੋਇਆ ਕੁਛ ਨਹੀਂ ਗਾ, ਤੇ ਚਾਹੀਦੇ ਜੀ ਕਰਨੇ ਪੂਰੇ ਵਾਅਦੇ ਸਰਕਾਰਾਂ ਨੂੰ, ਵਾਅਦੇ ਰਹਿ ਗਏ ਜੀ, ਕੁਛ ਨਹੀਂ ਹੋਇਆ। ਅਸੀਂ ਤਾਂ ਕਹਿੰਦੇ ਜਿਹੜੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ, ਅਤੇ ਇਹੀ ਕਹਿੰਦੇ ਸਰਕਾਰਾਂ ਨੇ ਕੀਤੇ ਅਤੇ ਇਹਨਾਂ ਨੂੰ ਕਰਨੇ ਚਾਹੀਦੇ, ਕੁਛ ਵੀ ਨਹੀਂ ਹੋਇਆ। ਕੀ ਬਣਿਆ ਯਾਦਗਾਰ? ਕੋਈ ਚੀਜ਼ ਨਹੀਂ ਬਣੀ ਯਾਦਗਾਰ, ਸਕੂਲ ਦਾ ਨਾਂ ਰੱਖਿਆ ਗਿਆ ਅਤੇ ਹੋਰ ਤਾਂ ਕੋਈ ਚੀਜ਼ ਨਹੀਂ ਬਣੀ।
ਬੁੱਤ ਬਣਨਾ ਚਾਹੀਦਾ ਸਦਾ ਪਿੰਡ ਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਉਹਨੂੰ ਉਹਦੇ ਨਾਂ 'ਤੇ ਕੋਈ ਕਵੀਆਂ ਸਰਕਾਰਾਂ 'ਚ ਹੀ ਹੈ ਜੀ ਹੋਰ ਕਵੀਆਂ ਕਾਹਦੇ 'ਚ ਪਾਸ ਤਾਂ ਹੋ ਚੁੱਕਿਆ ਲੇਕਿਨ ਹਜੇ ਤੱਕ ਬਣਿਆ ਨਹੀਂ ਨਹੀਂ ਬਣਿਆ ਜੀ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਬਣਨਾ ਚਾਹੀਦਾ ਬਿਲਕੁਲ ਜੀ ਗਲੋਟੀ ਦੇ ਨਾਂ 'ਤੇ ਜੈਵਲ ਸਿੰਘ ਦੇ ਨਾਂ 'ਤੇ ਬਣਨਾ ਚਾਹੀਦਾ ਕੰਮ ਹੈ ਜਿਹੜੇ ਵਾਅਦੇ ਪੂਰੇ ਕੋਈ ਕੋਈ ਵੀ ਨਹੀਂ ਹੋਇਆ ਜੀ ਕੋਈ ਵੀ ਨਹੀਂ ਹੋਇਆ ਕੀ ਕਾਰਨ ਸਮਝ ਕਾਰਨ ਕਿ ਸਾਰੀਆਂ ਨਿਖਾਮੀਆਂ ਮਤਲਬ ਸਰਕਾਰ ਦੀਆਂ ਸਰਕਾਰ ਮਾੜੀ ਆ ਇੱਕ ਬੰਦਾ ਸ਼ਹੀਦ ਹੋ ਜਾਵੇ ਉਹਦੇ ਵਾਸਤੇ ਬਹੁਤ ਕੁਛ ਕਰਨਾ ਚਾਹੀਦਾ ਉਹ ਦੇਸ਼ ਦੀ ਕੌਮ ਵਾਸਤੇ ਇੱਕ ਬੰਦਾ ਸ਼ਹੀਦ ਹੋ ਗਿਆ ਅਤੇ ਉਹਦੇ ਵਾਸਤੇ ਕੁਛ ਉਹਨੂੰ ਕੁਛ ਉਹਨੂੰ ਕਰਨਾ ਚਾਹੀਦਾ ਕਹਿੰਦੇ ਪਾਸ ਵੀ ਹੋ ਚੁੱਕਿਆ ਫਿਰ ਵੀ ਨਹੀਂ ਬਣਿਆ ਇਹ ਤਾਂ ਜੀ ਪਤਾ ਨਹੀਂ ਪਾਸ ਹੋਇਆ ਕਿ ਨਹੀਂ ਹੋਇਆ ਅਤੇ ਸਰਕਾਰ ਨੂੰ ਪਤਾ ਹੋਊਗਾ ਪਿੰਡਾਂ ਦੇ ਲੋਕਾਂ ਨੂੰ ਕੀ ਪਤਾ ਇਹ ਗੱਲਾਂ ਦਾ ਦੇਸ਼ ਦੇ ਲਈ ਸ਼ਹੀਦੀ ਦਿੱਤੀ ਹੈਗੀ ਹੈ ਵਾਅਦਾ ਵੀ ਕੀਤਾ ਗਿਆ ਬਿਲਕੁਲ 5 ਸਾਲ ਹੋ ਗਏ ਵਾਅਦਾ ਜਿਹੜਾ ਉੱਥੇ ਦਾ ਹਾਂਜੀ ਹਾਂਜੀ ਬਿਲਕੁਲ ਪਰਿਵਾਰ ਰੋਂਦਾ ਫਿਰਦਾ ਤੇ ਬਣਿਆ ਕੱਖ ਨਹੀਂ ਪਿੰਡ ਦੇ ਵਿੱਚ ਲੱਗਦਾ ਹੈ ਜਵਾਨ ਜਿਹੜਾ ਦੇਸ਼ ਲਈ ਸ਼ਹੀਦ ਹੋਇਆ ਉਹਦੇ ਲਈ ਜਿਹੜੇ ਆ ਵਾਅਦੇ ਕੀਤੇ ਹੋਣੇ ਚਾਹੀਦੇ ਯਾਰ ਜਿਹਦਾ ਪੁੱਤ ਚਲੇ ਗਿਆ ਦੁਨੀਆਂ ਤੋਂ ਉਹਦੇ ਵਾਸਤੇ ਕੀ ਰਹਿ ਗਿਆ ਉਹਦੇ ਵਾਸਤੇ ਇੱਕ ਉਹਦਾ ਨਾਂ ਤਾਂ ਹੋਣਾ ਚਾਹੀਦਾ ਦੁਨੀਆਂ 'ਤੇ ਵੀ ਮਤਲਬ ਮੈਂ ਸ਼ਹੀਦ ਹੋਇਆ ਸਰਕਾਰ ਵਾਸਤੇ ਸਰਕਾਰ ਦੀ ਨੌਕਰੀ ਕਰਦਾ ਹਾਂ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿ ਬਣਨ ਯਾਰ ਇਹਦੇ ਸਰਕਾਰ ਨੂੰ ਪਤਾ ਹੋਊਗਾ ਹੁਣ ਆਪਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਕੀ ਮੰਗ ਕਰੋਗੇ ਮੰਗ ਕਰਾਂਗੇ ਬਣੇ ਉਹਦੇ ਨਾਂ 'ਤੇ ਬਣੇ ਉਹਦੀ ਫੋਟੋ ਲੱਗੇ ਉਹਦੇ ਨਾਂ 'ਤੇ ਬਣੇ ਸਾਰਾ ਕੁਛ